percussion my percussion thanks percussion जय हिंद दोस्तों स्वागत है ਤੁਹਾਡਾ ਆਪਣੇ ਚੈਨਲ ਤੇ ਪ੍ਰੀਤਮ ਫਿਟ ਆਰਮੀ ਤੇ ਮੈਂ ਤੁਹਾਡਾ ਆਪਣਾ ਪ੍ਰੀਤਮ ਸਿੰਘ ਤੇ ਅੱਜ ਆਪਾਂ ਗੱਲ ਕਰਾਂਗੇ ਦੋਸਤੋ ਕਿ ਕਿਉਂ ਆ ਜਿਹੜੀ ਚੋਣ ਕਮਿਸ਼ਨ ਨੂੰ ਜੋ ਕਹਿੰਦੇ ਨੇ ਕਿ ਫਾਈਲ ਭੇਜੀ ਹੋਈ ਹੈ ਕਿਉਂ ਮਨਜ਼ੂਰੀ ਨਹੀਂ ਦੇ ਰਹੇਗੇ ਕਿਉਂ ਹਨਾ ਜਿਹੜੀਆਂ ਜੁਆਇਨਿੰਗ ਨਹੀਂ ਹੋ ਰਹੀ ਤੁਹਾਡੀ ਜਾਂ ਕੋਈ ਅੱਗੇ ਪ੍ਰੋਸੈਸਾ ਪਰਤੀਦਾਨ ਨਹੀਂ ਦੱਸਿਆ ਜਾ ਰਿਹਾ ਹੈਗਾ ਸਾਰੇ ਇਸ ਵੀਡੀਓ ਵਿੱਚ ਕਵਰ ਅਪ ਕਰਾਂਗੇ ਤੇ ਜੇ ਦੋਸਤੋ ਤੁਸੀਂ ਮੇਰੇ ਚੈਨਲ ਦੇ ਨਵੇਂ ਹੋ ਤਾਂ ਮੇਕ ਸ਼ੋਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬੈਲ ਆਈਕਨ ਨੋਟੀਫਿਕੇਸ਼ਨ ਜ਼ਰੂਰ ਦਵਾ ਲਿਓ ਤਾਂ ਕਿ ਤੁਹਾਨੂੰ ਹਰ ਇੱਕ ਅਪਡੇਟ ਆ ਜਿਹੜੀ ਫਰੰਟ ਤੇ ਮੇਰੇ ਚੈਨਲ ਤੇ ਦੇਖਣ ਨੂੰ ਮਿਲ ਸਕੇ ਦੋਸਤੋ ਫਰਸਟ ਆਫ ਆਲ ਤੇ ਗੱਲ ਕਰਦੇ ਆ ਜਿਵੇਂ ਹੁਣ ਸਾਰੇ ਨੂੰ ਪਤਾ ਹੈ ਕਨਸਟੇਬਲ ਦੀ ਭਰਤੀ ਜਿਹੜੀ ਪੀਕ ਲੈਵਲ ਤੇ ਪਹੁੰਚੀ ਹੋਈ ਸੀਗੀ ਤੇ ਜੇਲ ਪਾਰਡਨ ਦੀ ਵੀ ਪੀਕ ਲੈਵਲ ਤੇ ਸੀਗੀ ਤੇ ਇਹਨਾਂ ਦੀ ਜੁਆਇਨਿੰਗ ਦਾ ਕੀਪ ਹੋਇਆ ਤਾਂ ਹੁਣ ਪਹਿਲਾਂ ਦੱਸਦਾ ਕਿ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਆਪਣਾ ਚੋਣ ਕਮਿਸ਼ਨ ਹੈ ਜਿਹੜਾ ਲੱਗਿਆ ਹੋਇਆ ਹੈ ਤੇ ਜਦੋਂ ਚੋਣ ਕਮਿਸ਼ਨ ਲੱਗ ਜਾਂਦਾ ਇਹ ਤਾਂ ਚੋਣ ਕਮਿਸ਼ਨ ਦੇ ਜੋ ਗਾਈਡਲਾਈਨਸ ਨੇ ਸਾਰੀਆਂ ਉਸ ਦੇ ਅਕੋਰਡਿੰਗ ਆ ਜਿਹੜਾ ਕੰਮ ਹੁੰਦਾ ਏ ਠੀਕ ਹੈ ਜੀ ਮੰਨ ਲਓ ਚੋਣ ਕਮਿਸ਼ਨ ਤੋਂ ਪਹਿਲਾਂ ਲੱਗਣ ਤੋਂ ਪਹਿਲਾਂ ਜੋ ਵੀ ਸਰਕਾਰ ਪਾਵਰ ਚ ਹੁੰਦੀ ਹੈ ਹਨਾ ਤੇ ਸੇਮ ਦੂਜੀ ਵਿਰੋਧੀ ਧਰ ਵੀ ਹੁੰਦੀ ਹੈ ਬਟ ਉਹਦੇ ਕੋਈ ਪਾਵਰ ਨਹੀਂ ਹੁੰਦੀ ਹੈ ਜਦੋਂ ਚੋਣ ਕਮਿਸ਼ਨ ਲੱਗ ਜਾਂਦਾ ਤਾਂ ਸਾਰਾ ਕੁਝ ਉਹਨਾਂ ਦੀ ਗਾਈਡਲਾਈਨਸ ਦੇ ਅਕੋਰਡਿੰਗ ਹੀ ਕੰਮ ਆ ਜਿਹੜਾ ਕੀਤਾ ਜਾਂਦਾ ਹੈ ਕੀ ਕੀ ਗਾਈਡਲਾਈਨ ਹੁੰਦੇ ਨੇ ਮੰਨ ਲਓ ਜਿਵੇਂ ਪਹਿਲਾਂ ਉਹਨੂੰ ਦੱਸ ਦਈਏ ਕਿ ਕੋਡ ਆਫ ਕੰਡਕਟ ਲਗਾਇਆ ਕਿਉਂ ਜਾਂਦਾ ਹਨ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਿਵੇਂ ਲਾ ਲੋ ਕਿ ਬੂਟਨਾ ਨੇ ਜਿਹੜੀਆਂ ਹੋ ਗਈਆਂ ਕਲੀਅਰ ਹੋ ਗਈਆਂ ਕਿ ਹਾਂ ਜੀ ਨਿਤਰੀ ਤੋਂ ਲੈ ਕੇ ਨਿਤਰੀ ਤੱਕ ਨੇ ਜਿਹੜੀਆਂ ਵੋਟਾਂ ਪੈਣੀਆਂ ਰਿਜ਼ਲਟ ਆ ਜਾਏਗਾ ਸਾਰਾ ਕੁਝ ਹਨ ਤੇ ਉਸ ਦੇ ਵਿੱਚ ਵਿੱਚ ਜਿਹੜਾ ਇਹ ਪੀਰੀਅਡ ਦੇ ਵਿੱਚ ਆਪਣਾ ਜਿਹੜਾ ਕੋਡ ਆਫ ਕੰਡਕਟ ਲੱਗਦਾ ਹੈ ਠੀਕ ਹੈ ਇਹ ਕਿਉਂ ਲੱਗਦਾ ਹੁੰਦਾ ਮੰਨ ਲਓ ਇਹ ਇਸ ਇਹ ਲੱਗਣ ਤੋਂ ਪਹਿਲਾਂ ਜਿਹੜੀ ਪਾਰਟੀ ਵੀ ਉਹਦੇ ਵਿੱਚ ਆ ਪਾਵਰ ਦੇ ਵਿੱਚ ਆ ਉਹ ਕਿਸੇ ਤਰ੍ਹਾਂ ਦਾ ਕੋਈ ਆਪਣੀ ਪਾਵਰ ਦਾ ਯੂਜ਼ ਨਾ ਕਰ ਸਕੇ ਉਹ ਨਹੀਂ ਤਾਂ ਕਿਉਂਕਿ ਸਾਰੀ ਪਾਵਰਜ਼ ਉਹਨਾਂ ਕੋਲੇ ਹੁੰਦੀ ਹੈ ਹਨਾ ਤਾਂ ਉਹ ਆਪਣੀ ਪਾਵਰ ਦਾ ਯੂਜ਼ ਕਰਕੇ ਚਾਹੇ ਕਿਸੇ ਵੀ ਤਰੀਕੇ ਨਾਲ ਲਾ ਲਓ ਗੱਡੀਆਂ ਲਾ ਲਓ ਜਾਂ ਜੋ ਵੀ ਹੈ ਨਾ ਕਿਸੇ ਵੀ ਤਰ੍ਹਾਂ ਦਾ ਮੇਨ ਮਕਸਦ ਕੀ ਉਹਨਾਂ ਦਾ ਕਿ ਕੋਈ ਐਲਾਨ ਨਾ ਕਰਨ ਉਹ ਕਿਸ ਤਰ੍ਹਾਂ ਦਾ ਨਾਵਾ ਕਿ ਜਿਸ ਨਾਲ ਉਹਨਾਂ ਦੀ ਜਿਹੜੀਆਂ ਪੂਟਾਂ ਦੇ ਵਿੱਚ ਵਿ੍ਰਿਧੀ ਹੋਵੇ ਹਨਾ ਤੇ ਉਹਨਾਂ ਦਾ ਜਿਹੜਾ ਵੋਟ ਬੈਂਕ ਆ ਉਹ ਵਦੇ ਉਹ ਸਭ ਚੀਜ਼ਾਂ ਨੂੰ ਰੋਕਣ ਦੇ ਲਈ ਇਹਨਾਂ ਸਾਰੇ ਕਿਉਂਕਿ ਵਿਰੋਧੀ ਪਾਰਟੀ ਜਿਹੜੀ ਉਸ ਟਾਈਮ ਤੇ ਕਿਸੇ ਕੋਈ ਪਾਵਰ ਚ ਨਹੀਂ ਹੁੰਦੀ ਹੈਗੀ ਤਾਂ ਦੋਨੋਂ ਚੀਜ਼ਾਂ ਨੂੰ ਸਟੇਬਲ ਕਰਨ ਦੇ ਲਈ ਕੋਡ ਆਫ ਕੰਡਕਟ ਲਗਾਇਆ ਜਾਂਦਾ ਤੇ ਤਾਂ ਜਿਹੜੀ ਮੇਨ ਪਾਵਰ ਹੈ ਸਾਰੀ ਇਲੈਕਸ਼ਨ ਕਮਿਸ਼ਨ ਦੇ ਕੋਲੇ ਹੁੰਦੀ ਹੈ ਠੀਕ ਹੈ ਉਹਨਾਂ ਦੀ ਗਾਈਡਲਾਈਨਸ ਹੈ ਜੋ ਵੀ ਸਾਰਾ ਕੁਝ ਉਹਨਾਂ ਦੇ ਅਕੋਰਡਿੰਗ ਹੈ ਜਿਹੜਾ ਕੰਮ ਹੁੰਦਾ ਹੈ ਤੇ ਜੇ ਉਹ ਇਸ ਤਰ੍ਹਾਂ ਕਰਦੇ ਆ ਕਿ ਉਹਨਾਂ ਨੂੰ ਮਨਜ਼ੂਰੀ ਦੇ ਦਿੰਦੇ ਆ ਤਾਂ ਫਿਰ ਕੀ ਆ ਆਪੋਜੀਸ਼ਨ ਪਾਰਟੀ ਹੈ ਜਿਹੜੀ ਉਹ ਆਬਜੈਕਸ਼ਨ ਕਰਦੀ ਹੈ ਹਨਾ ਦਾ ਇਸ ਕਰਕੇ ਕੋਈ ਵੀ ਜਿਹੜੀ ਹਨਾ ਗਾਈਡਲਾਈਨਸ ਇਹਨਾਂ ਦੇ ਅਕੋਰਡਿੰਗ ਹੀ ਕੰਮ ਕਰਦੀਆਂ ਨੇ ਚੋਣ ਕਮਿਸ਼ਨ ਦੀ ਗਾਈਡਲਾਈਨਸ ਅਕੋਰਡਿੰਗ ਹੀ ਕੰਮ ਕਰਦੀਆਂ ਨੇ ਹੁਣ ਕਾਫੀ ਬੱਚੇ ਦਾ ਸਵਾਲ ਹੋਇਆ ਕਿ ਸਰਪੋ ਜੋ ਵੀ ਇਹਨੇ ਪੋਸਟਿੰਗਾਂ ਵੀ ਨਿਕਲ ਰਹੀਆਂ ਨੇ ਹਨਾ ਤੇ ਕਿਸ ਦੀ ਬਦਲੀ ਹੋਏਗੀ ਸਭ ਕੁਝ ਹੋਏਗਾ ਨਾ ਜਿਵੇਂ ਹੁਣ ਕੀ ਆਪਾਂ ਨੂੰ ਸਾਹਮਣੇ ਆਇਆ ਸੀ ਲੈਟਰ ਆਪਣੇ ਕਿ ਜੋ ਆਪਣੇ ਗੁਰਪ੍ਰੀਤੂ ਮੈਡਮ ਨੇ ਉਹਨਾਂ ਦੀ ਪੋਸਟਿੰਗ ਹੋ ਰਹੀ ਹੈ ਹਨਾ ਤਾਂ ਕੀ ਆ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਹਨਾ ਜੋ ਵੀ ਇਹਨਾਂ ਦੇ ਗਾਈਡਲਾਈਨਸ ਨੇ ਕਿ ਉਹ ਜੁਆਇਨਿੰਗ ਨਹੀਂ ਕਰਵਾ ਸਕਦੀ ਹੈਗੀਆ ਜੋਇਨਿੰਗ ਵੀ ਕਰਵਾ ਸਕਦੀਆਂ ਨੇ ਫੋਟੋ ਵੀ ਕਰਵਾ ਸਕਦੀਆਂ ਨੇ ਬਟ ਅਕੋਰਡਿੰਗ ਟੂ ਉਹਨਾਂ ਦੇ ਅੰਦਰ ਜੂਰੀ ਹੈ ਹਨ ਜਿਵੇਂ ਕਹ ਰਹੇ ਸੀ ਕਿ ਕਫਾਲ ਪੀ ਜੂਰੀ ਹੈ ਕਿ ਉਹ ਨਹੀਂ ਪ੍ਰੂਵ ਹੋਈ ਹੈ ਕਿ ਉਹ ਤੇ ਮੰਨ ਲਓ ਅੱਜ ਤੋਂ ਲੈ ਕੇ ਹਲੇ ਟਾਈਮ ਵੀ ਕਿੰਨਾ ਰਹਿ ਗਿਆ ਵੋਟਾਂ ਦੇ ਵਿੱਚ ਹਨ ਮੰਨ ਲਓ ਜੇ ਅੱਜ ਤੋਂ 14 ਤਰੀਕ ਨੂੰ ਹੁੰਦੀ ਹੈ ਵੋਟਾਂ ਤਾਂ ਵੀ ਕਿੰਨਾ ਟਾਈਮ ਸੀਗਾ ਕਿ ਇੰਨੇ ਟਾਈਮ ਦੇ ਵਿੱਚ ਸਾਰਾ ਪ੍ਰੋਸੈਸ ਹੋ ਜਾਂਦਾ ਕੌਨਸਟੇਬਲ ਵਾਲਾ ਪੰਜਾਬ ਕੌਨਸਟੇਬਲ ਦਾ ਕਿਉਂਕਿ ਹਲੇ ਉਹਦੀ ਕਾਉਂਸਲਿੰਗ ਪਈ ਹੈ ਫਿਰ ਉਹਦਾ ਹਲੇ ਮੈਡੀਕਲ ਪਈ ਹੈ ਫਿਰ ਕੈਰੇਕਟਰ ਵੈਰੀਫਿਕੇਸ਼ਨ ਪਈ ਹੈ ਜਾਂ ਤੇ ਕਿ ਬੈਰੀਫਿਕੇਸ਼ਨ ਹੈ ਦੋ ਬਾਤਾਂ ਚ ਵੀ ਹੋਏ ਨੇ ਚਲੋ ਬਟ ਇਹ ਸਭ ਚੀਜ਼ਾਂ ਨੇ ਇਹਨਾਂ ਤੁਹਾਨੂੰ ਲੱਗਦਾ ਕਿ ਇੰਨੇ ਘੱਟ ਟਾਈਮ ਦੇ ਵਿੱਚ ਇਹ ਸਾਰਾ ਕੁਝ ਹੋ ਜਾਏਗਾ ਕਿਉਂਕਿ ਜੋ ਵੀ ਨੇ ਤੇ ਦੂਸਰਾ ਇਹਨਾਂ ਨੇ ਕੀ ਕੀਤਾ ਜਿਵੇਂ ਤੁਹਾਨੂੰ ਪਤਾ ਜੇਲ੍ਹ ਬਾੜਨ ਦੇ ਵਿੱਚ ਸੀਗਾ ਜੇਲ੍ਹ ਹੋਂ ਦੀ ਹੌਨ ਪੀਕ ਲੈਵਲ ਤੇ ਸੀਗਾ ਕੰਮ ਉਹਨਾਂ ਦੀ 18 ਤਰੀ ਨੂੰ ਸੀਗੀ ਕਾਉਂਸਲਿੰਗ ਸੀਗੀ ਉਹ ਕੈਨਸਲ ਕਰ ਦਿੱਤੀ ਕਿਸ ਵਜ੍ਹਾ ਦੇ ਨਾਲ ਕਿ ਕਰੋਨਾ ਕਰੋਨਾ ਦੀ ਵਜ੍ਹਾ ਦੇ ਨਾਲ ਉਹ ਜਿਹੜੀ ਕਾਉਂਸਲਿੰਗ ਹੈ ਕੈਨਸਲ ਕਰ ਦਿੱਤੀ ਤੇ ਇਸੇ ਕਰਕੇ ਹੁਣ ਨਾ ਕੋਈ ਪੰਜਾਬ ਪੁਲਿਸ ਕਨਸਟੇਬਲ ਦੀ ਨਾ ਕੋਈ ਕੋਈ ਐਸਆਈ ਦੀ ਨਾ ਕੋਈ ਆਪਣਾ ਜੇਲ੍ਹ ਵਾਰਡਨ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਅਫੀਸ਼ੀਅਲ ਨੋਟੀਫਿਕੇਸ਼ਨ ਨਹੀਂ ਆ ਕਿਸ ਕੋਈ ਲੈ ਕੇ ਕਿ ਹਾਂ ਅੱਗੇ ਅੱਗੇ ਦਾ ਪ੍ਰੋਸੈਸਾ ਕੀ ਆ ਉਹ ਇਸੇ ਵਜ੍ਹਾ ਕਰਕੇ ਨਹੀਂ ਆ ਤੋ ਇਹ ਸ਼ਾਇਦ ਉਹਨਾਂ ਨੂੰ ਮਨਜ਼ੂਰੀ ਨਹੀਂ ਮਿਲ ਰਹੀ ਹੈਗੀ ਠੀਕ ਹੈ ਤੇ ਜਿਮ ਕਾਫੀ ਬਹੁਤ ਸਾਰੇ ਮਤਲਬ ਚਾਂਸ ਤਾਂ ਹੀ ਬਣਦੇ ਆ ਕਿ ਜਿਹੜੇ ਆ ਜੋ ਵੀ ਤੁਹਾਡੇ ਜੁਆਇਨ ਨੇ ਆ ਪੰਜਾਬ ਕਨਸਟੇਬਲ ਨਾਲ ਦੀ ਜਾਂ ਫਿਰ ਜੇਲ੍ਹ ਵਾਰਡਨ ਨਾਲ ਦਾ ਜੋ ਕੋਈ ਪ੍ਰੋਸੈਸ ਆ ਤੇ ਇਹ ਸਾਰਾ ਹੀ ਆ ਆਪਣਾ ਇਸ ਤੋਂ ਬਾਅਦ ਹੀ ਹੋਏਗਾ ਵੋਟਾਂ ਤੋਂ ਬਾਅਦ ਇਲੈਕਸ਼ਨ ਜਦੋਂ ਵੀ ਕੰਪਲੀਟ ਹੋ ਜਾਏਗਾ ਸਾਰਾ ਇਹ ਇਲੈਕਸ਼ਨ ਉਦੋਂ ਹੀ ਹੋਏਗਾ ਤੇ ਕੋਈ ਹੋਰ ਨਵੀਂ 파ਰਟੀ ਨਿਕਲਣ ਦਾ ਤੇ ਜਾਂ ਕੋਈ ਪੁਰਾਣੀਆਂ ਸਿਰੇ ਜਾਣ ਦਾ ਤਾਂ ਕੋਈ ਹਲੇ ਮਤਲਬ ਨਹੀਂ ਬਣਦਾ ਹੈਗਾ ਕਿਉਂਕਿ ਹਲੇ ਵੈਸੇ ਵੀ ਬਹੁਤ ਸਾਰਾ ਇਹਨਾਂ ਦਾ ਸ਼ਡਿਊਲ ਹੈ ਜਿਹੜਾ ਬਿਜ਼ੀ ਚੱਲ ਰਿਹਾ ਹੁੰਦਾ ਤੇ ਦੂਸਰਾ ਇੱਕ ਆਰਮੀ ਵਾਲਿਆਂ ਦਾ ਸੀਗਾ ਐਗਜ਼ਾਮ ਦੀ ਗੱਲ ਆਰਮੀ ਵਾਲੇ ਬੱਚੇ ਵੀ ਦਿਨ ਰਾਤ ਪ੍ਰੋਟੈਸਟ ਕਰ ਰਹੇ ਨੇ ਕਿ ਸਾਡਾ ਐਗਜ਼ਾਮ ਆ ਜਿਹੜਾ ਉਹ ਲਿਆ ਜਾਵੇ ਕਿਉਂਕਿ 2 ਸਾਲ ਤੋਂ ਉਹਨਾਂ ਦਾ ਐਗਜ਼ਾਮ ਆ ਜਿਹੜਾ ਨਹੀਂ ਲਿਆ ਹੈਗਾ ਦੇ ਨਾ ਹੀ ਕੋਈ ਕਿਸ ਤਰ੍ਹਾਂ ਦੀ ਕੋਈ ਭਾਰਤੀ ਨਿਕਲੀ ਆ ਤੇ ਇਹੀ ਸਭ ਕੀ ਕਰੋਨਾ ਦੀ ਵਜ੍ਹਾ ਤੇ ਕਾਰਨ ਕਰਕੇ ਹੀ ਉਹਨਾਂ ਨੂੰ ਹਰ ਬਾਰ ਜਿਹੜਾ ਇਹ ਨਮੂਸ਼ੀ ਦਾ ਸਾਹਮਣਾ ਕਰਨਾ ਪੈਂਦਾ ਹਰ ਬਾਰ ਉਹਨਾਂ ਨੂੰ ਐਗਜ਼ਾਮ ਨੂੰ ਟਾਲ ਦਿੱਤਾ ਜਾਂਦਾ ਬਟ ਹੁਣ ਸ਼ਾਇਦ ਉਮੀਦ ਹੈ ਕਿ ਚੋਣਾਂ ਤੋਂ ਬਾਅਦ ਜਿਹੜਾ ਐਗਜ਼ਾਮ ਲਿਆ ਜਾਏਗਾ ਤੇ ਫਰਵਰੀ ਤੋਂ ਬਾਅਦ ਜੋ ਵੀ ਆ ਇਹਨਾਂ ਦੀਆਂ ਜਿਹੜੀਆਂ ਨਮੀਆਂ ਪਰਤੀਆਂ ਨੇ ਉਹ ਵੀ ਨਿਕਲਣਗੀਆਂ ਤੇ ਜਿਹੜਾ ਐਗਜ਼ਾਮ ਆ ਜਿਹੜਾ ਫਸਟ ਆਫ ਆਲ ਦਾ ਤੁਹਾਡਾ ਐਗਜ਼ਾਮ ਹੀ ਹੋਏਗਾ ਠੀਕ ਹੈ ਜੋ ਵੀ ਰੁਕਿਆ ਹੈ एग्जामਾ ਪਹਿਲਾਂ ਉਹੀ ਹੋਏਗਾ ਉਸ ਤੋਂ ਬਾਅਦ ਹੀ ਕੋਈ ਨਿਊ ਜੜੀਆਂ ਨੇ ਭਰਤੀਆਂ ਉਹ ਵੀ ਹੋਣਗੀਆਂ ਤੇ ਇਹ ਸੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਜਾਣਕਾਰੀ ਵੀਡੀਓ ਕਮੇ ਲੱਗੀ ਤੁਹਾਨੂੰ ਮੈਂ ਨੀਚੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਚੋਣ ਕਮਿਸ਼ਨ ਜਿਹੜਾ ਮਨਜ਼ੂਰੀ ਦੇਵੇਗਾ ਤੇ ਇਹਨੇ ਘੱਟ ਟਾਈਮ ਦੇ ਵਿੱਚ ਇਹ ਸਭ ਕੁਝ ਜਿਹੜਾ ਕੰਪਲੀਟ ਹੋ ਜਾਏਗਾ ਮੈਂ ਨੀਚੇ ਕਮੈਂਟ ਸੈਕਸ਼ਨ ਤੇ ਜ਼ਰੂਰ ਦੱਸਿਓ ਤਦ ਤੱਕ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਚਾ